ਜੀ ਅਸਲਾਮ ਅਲੈਕੁਮ ਸਾਰੇ ਦੋਸਤਾਂ ਨੂੰ। ਅੱਜ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਪਿੰਡ ਦੀ ਇੱਕ ਐਕਟੀਵਿਟੀ, ਔਰ ਪਿੰਡ ਦੀ ਐਕਟੀਵਿਟੀ ਇਹ ਹੈ ਕਿ ਤੂੜੀ ਜਿਹੜੀ ਅਸੀਂ ਇੱਥੇ ਸੰਭਾਲਦੇ ਹਾਂ ਜਾਨਵਰਾਂ ਵਾਸਤੇ, ਜਿਹੜੀ ਪੂਰੀ ਸਰਦੀਆਂ ਦੇ ਵਿੱਚ ਉਹਨਾਂ ਦੇ ਕੰਮ ਆਉਂਦੀ ਹੈ, ਉਹਨਾਂ ਨੂੰ ਕਿਸ ਤਰੀਕੇ ਨਾਲ ਮਹਿਫੂਜ਼ ਕੀਤਾ ਜਾਂਦਾ ਉਸ ਤੂੜੀ ਨੂੰ, ਅੱਜ ਤੁਹਾਨੂੰ ਪੂਰਾ ਪ੍ਰੋਸੈਸ ਹੋ। ਹਾਂਜੀ, ਤੁਹਾਡੀ ਗੱਲ ਕਰਾ ਰਹੇ ਹਾਂ ਜਿਹੜੇ ਇਹ ਦੜਾਂ ਬਣਾਉਂਦੇ ਨੇ ਜਿਹੜੇ ਤੂੜੀ ਮਹਿਫੂਜ਼ ਕਰਦੇ ਨੇ, ਕੀ ਨਾਮ ਹੈ ਬਾਈ ਜੀ ਆਪਣਾ? ਰਿਆਜ਼ ਅਹਿਮਦ। ਰਿਆਜ਼ ਅਹਿਮਦ ਸਾਹਿਬ, ਇਹ ਜਿਹੜਾ ਤਰੀਕਾ ਹੈ ਇਹ ਖਾਸ ਜਿਹੜਾ ਜਿਸ ਦੇ ਨਾਲ ਬਣਾਈ ਜਾਂਦੀ ਤੂੜੀ, ਇਹ ਦੱਸੋ ਵੀ ਇਹ ਆ ਜਿਹੜਾ ਮਹੀਨਾ ਕੁ ਕੰਮ ਆਉਂਦਾ ਹੈ, ਇਹਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਮਸਰੂਫ ਰਹਿੰਦੇ ਨੇ ਅਤੇ ਕਿਤਨੀਆਂ ਕੁ ਦੜਾਂ ਇੱਕ 24 ਘੰਟੇ ਦੇ ਵਿੱਚ ਅਗਰ ਲਾਉਣੀ ਆਉਣ, ਇੱਕ ਦਿਨ ਅਤੇ ਰਾਤ ਦੇ ਵਿੱਚ ਕਿਤਨੀ ਬਣਾ ਲੈਂਦੇ ਨੇ? ਦਿਨ ਅਤੇ ਰਾਤ ਬਣ ਜਾਂਦੇ ਕੋਈ 20-25 ਕਿੱਲੇ। 20-25 ਕਿੱਲੇ? ਲਓ ਜੀ, ਉਹਨੂੰ ਤੁਹਾਨੂੰ ਦੱਸਦੇ ਜੇ ਕਿ ਇਹਨਾਂ ਨੇ ਕਿੱਲਿਆਂ ਦਾ ਹਿਸਾਬ ਦੱਸਿਆ ਹੈ ਵੀ ਦੜ ਜਿਤਨੀ ਕਿੱਲੇ ਜ਼ਿਆਦਾ ਹੋਣਗੇ ਇੱਕ ਜਗ੍ਹਾ 'ਤੇ, ਬਾਜ਼ ਔਕਾਤ 5-5, 6-6 ਕਿੱਲਿਆਂ ਦੀ ਇੱਕ ਦੜ ਵੀ ਬਣਾਈ ਜਾਂਦੀ, ਬਾਜ਼ ਜਗ੍ਹਾ 'ਤੇ 1.5-1.5, 2-2 ਕਿੱਲਿਆਂ ਦੀ ਵੀ ਹੁੰਦੀ। ਇਹ ਦੱਸ ਰਹੇ ਹਨ ਕਿ ਅਸੀਂ 24 ਘੰਟੇ ਦੇ ਵਿੱਚ 20 ਕਿੱਲਿਆਂ ਦੀ ਦੜ ਬਣਾ ਲੈਂਦੇ ਹਾਂ, ਅਤੇ ਇਹ ਕੀ ਮਜ਼ਦੂਰੀ ਤੁਹਾਡੀ ਫਿਰ ਕਿਤਨੀ ਹੁੰਦੀ? 20 ਕਿੱਲੋ 1 ਏਕੜ ਦੀ, 1 ਕਿੱਲੇ ਦੀ। ਇਹ ਤਕਨੀਕ ਜਿਨ੍ਹਾਂ ਨੂੰ ਆਉਂਦੀ ਹੈ ਇਹ ਫਿਰ ਦਿਨ ਰਾਤ ਮਿਹਨਤ ਕਰਦੇ ਨੇ, 3-4 ਲੋਕ ਹੁੰਦੇ ਨੇ, ਔਰ ਫਿਰ ਉਹਨਾਂ ਦਾ 20 ਕਿੱਲੋ ਦੇ ਹਿਸਾਬ ਦੇ ਨਾਲ 20 ਏਕੜ ਦਾ ਇਹ ਐਸੇ ਅਗਰ ਲਾਈਏ ਤਾਂ ਤਕਰੀਬਨ ਇਹ ਕੋਈ 10-1 ਮਣ ਇਹ 24 ਘੰਟੇ ਦਾ ਇਹ ਮਜ਼ਦੂਰੀ ਆਪਣੀ ਬਣਾਉਂਦੇ ਨੇ। ਸੋ ਜਿਹੜਾ ਬੰਦਾ ਮਜ਼ਦੂਰ ਹੈ ਜਿਹੜਾ ਕਰਕੇ ਖਾਂਦਾ ਹੈ ਉਹਦੇ ਵਾਸਤੇ ਕੋਈ ਘਾਟਾ ਨਹੀਂ ਹੈ, ਔਰ ਇਹ ਭਾਈ ਰਿਆਜ਼ ਸਾਹਿਬ ਸਾਡੇ ਸਾਹਮਣੇ ਮਿਸਾਲ ਹੈ ਕਿ ਆਪਣਾ ਚੰਗਾ ਇਹ ਸੀਜ਼ਨ 1 ਮਹੀਨੇ ਦਾ ਇਹ ਕੁੱਟ ਕੇ ਲਾਉਂਦਾ। ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ ਤਾਂ ਹੁਣ ਤੁਹਾਨੂੰ ਅਗਲਾ ਪ੍ਰੋਸੈਸ ਵੇਖਣਾ ਵੀ ਕੀ ਤੁਸੀਂ ਕਰਦੇ ਹੋ। ਕਿੰਨਾ ਕੁ ਟਾਈਮ ਲੱਗਦਾ ਦੜ ਤੇ ਬਣਾਉਣ ਤੇ? ਮਿੱਟੀ ਦਾ ਹਿਸਾਬ ਹੁੰਦਾ, ਮਿੱਟੀ ਚੰਗੀ ਹੋਵੇ ਅੱਧਾ ਘੰਟਾ 15 ਮਿੰਟ ਮੱਥੇ ਲੱਗ ਜਾਂਦੀ ਹੈ, ਬਾਜ ਬਾਜ ਮਿੱਟੀ ਹੋਣ ਜਿੱਥੇ ਜੇ ਪਾਣੀ ਪਾਏ ਨੂੰ ਹੋ ਗਿਆ ਇਹ ਥੋੜ੍ਹੀ ਨਾ ਉੱਚੀ ਹੋ ਗਿਆ। ਅੱਛਾ ਜੀ, ਆਇਆ ਅੱਧਾ ਘੰਟਾ ਕੋਈ ਲੱਗ ਗਿਆ। ਇਹ ਵੀ ਕੋਈ ਹਿਸਾਬ ਹੁੰਦਾ ਵੀ ਮਿੱਟੀ ਹੈ ਜਿਹੜਾ ਹੈ ਠੀਕ ਹੋਵੇ ਅਤੇ ਥੋੜ੍ਹੀ ਇਸਤੇਮਾਲ ਹੁੰਦੀ, ਅਤੇ ਖਰਾਬ ਹੋਵੇ ਤਾਂ ਫਿਰ ਜ਼ਿਆਦਾ ਇਸਤੇਮਾਲ ਹੁੰਦਾ। ਪਾਣੀ ਜ਼ਿਆਦਾ ਹੋ ਗਿਆ?